ਗੱਡੀ ਆਪਾਂ ਕਰਤੀ ਆ ਪਾਰਕ। ਦੇਖੋ ਅੱਡ ਵੱਡਾ ਝੂਲਾ ਵੀ ਲਾ ਰਿਹਾ ਆ। ਤਾਂ ਇੱਧਰ ਦੇਖੋ ਐਡੀ ਸਕੂਲੋਂ ਆਇਆ, ਰੋਟੀ ਖਾਣ ਲੱਗਾ ਹੁਣ ਗੱਡੀ 'ਚ ਬੈਠਾ ਜੀ। ਉਹ ਦੇਖੋ ਕਤੂਰੇ ਕਿਵੇਂ ਬਿਠਾਏ ਪਏ ਨੇ ਪਿੰਜਰੇ 'ਚ। ਇੱਧਰ ਪਾਉਂਦੇ ਨੇ ਜੀ ਛੱਲੇ। ਇੱਧਰ ਦੇਖੋ ਪੇਂਟਿੰਗ ਇੰਨੀ ਘੈਂਟ ਕੀਤੀ ਆ PRTC ਕਿੱਧਰ ਵਾੜੀ ਆ। ਤੇ ਗਾਇਸ ਆਹ ਦੇਖੋ, ਤੇ ਪਹਿਲਾਂ ਚਾਹ ਵੀ ਲਈ ਹੁਣ ਕਹਿੰਦੇ ਚਾਹ ਵੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਆ ਤੁਹਾਡਾ ਡਿਜ਼ਲ ਦਾ ਬਲੌਗ ਦੇ ਵਿੱਚ। ਹੋਪ ਕਰਦੇ ਹਾਂ ਤੁਸੀਂ ਸਾਰੇ ਘੈਂਟ ਹੋਵੋਗੇ। ਅਤੇ ਅੱਜ ਆਪਾਂ ਚੱਲੇ ਹਾਂ ਜੀ ਵਿਲੇਜ ਜਲਾਜਣ, ਅਤੇ ਆ ਜਾਓ ਫਿਰ ਤੁਹਾਨੂੰ ਵੀ ਘੁੰਮਾ ਕੇ ਲੈ ਕੇ ਆਉਂਦੇ ਹਾਂ। ਚਲੋ ਫਿਰ ਚੱਲੀਏ। ਚਲੋ ਫਿਰ ਚੱਲ ਜਾਂ ਗਰਾ। ਚਾਬੀ ਕਿੱਥੇ ਗਈ ਗੱਡੀ ਦੀ? ਲੇਟ ਹੋ ਗਏ ਥੋੜ੍ਹਾ ਜਿਹਾ, ਜਲਦੀ ਜਾਣਾ ਸੀਗਾ। ਅਤੇ ਪਹਿਲਾਂ ਚਾਹ ਪੀ ਲਈ, ਹੁਣ ਕਹਿੰਦੇ ਚਾਹ ਪੀ ਲਓ ਪਹਿਲਾਂ। ਚਾਹ ਬੜੀ ਸਵਾਦ ਹੈ। ਚਲੋ ਗੱਡੀ ਕੱਢ ਲਈ ਬਾਹਰ ਆਪਾਂ। ਕੰਬਾਈਨ ਵਾਲੇ ਨੇ ਅੱਧਾ ਘੰਟਾ ਲਵਾਤਾ ਜੀ, ਮੂਹਰੇ ਮੂਹਰੇ ਲੈ ਆਈ ਜਾ ਰਿਹਾ ਵਾ। ਪਹਿਲਾਂ ਹੀ ਲੇਟ ਸੀਗੀ, ਹੋਰ ਲੇਟ ਕਰਾਈ ਜਾਂਦਾ ਵਾ। ਤਾਂ ਗਾਇਸ ਦੇਖੋਗੇ ਕਿੰਨੀਆਂ ਬੱਸਾਂ ਜਾ ਰਹੀਆਂ ਨੇ ਸਕੂਲ ਵਾਸਤੇ, ਚਰਕ ਦੀ ਬੱਸ। ਤਾਂ ਗਾਇਸ ਇੱਧਰ ਹੈਗਾ ਆਈ ਲਵ ਖੰਨਾ, ਅਤੇ ਅੱਗੇ ਬੱਸਾਂ ਹੀ ਬੱਸਾਂ। ਤਾਂ ਗਾਇਸ ਹੁਣ ਮਾੜਾ ਜਿਹਾ ਖੁੱਲ੍ਹੀ ਛੂਟ ਮਿਲੀ ਆ, ਪਿੱਛੇ ਬੱਸਾਂ ਹੀ ਬਹੁਤ ਸੀਗੀਆਂ, ਅੱਗੇ ਖੁੱਲ੍ਹਾ ਰੋਡ ਆ। ਆਪਾਂ ਹੁਣ ਕਿੱਥੇ ਜਾਣਾ? ਜਲਾਜਣ। ਤਾਂ ਗਾਇਸ ਦੇਖੋ ਮਲੇਰਕੋਟਲਾ 42 ਅਤੇ ਸੰਗਰੂਰ 78 ਕਿਲੋਮੀਟਰ ਦੂਰ ਆ। ਆਪਾਂ ਜਾਣਾ ਜਲਾਜਣ। ਅਤੇ ਇੱਧਰ ਦੇਖੋ ਟਰੱਕ ਕਿਵੇਂ ਧੂਹਾ ਮਾਰਦਾ ਰਿਹਾ ਕਾਲਾ ਕਾਲਾ। ਆਹ ਕਿੱਧਰ ਗੱਬੇ ਖੜਾਈ ਆ। ਤਾਂ ਗਾਇਸ ਪਹਿਲਾਂ ਪਵਾਉਂਦੇ ਆਪਾਂ ਪੈਟਰੋਲ। ਪੈਟਰੋਲ ਪੰਪ ਅੱਛਾ ਇੱਧਰ ਹੈਗਾ, ਇਸ ਪੈਟਰੋਲ ਪੰਪ ਇੰਡੀਅਨ ਓਇਲ। ਉਹ ਦੇਖੋ ਕਤੂਰੇ ਕਿਵੇਂ ਬਿਠਾਏ ਪਏ ਨੇ ਪਿੰਜਰੇ 'ਚ। ਤਾਂ ਪਹਿਲਾਂ ਪਵਾ ਲਈ ਪੈਟਰੋਲ ਆਪਾਂ। ਤਾਂ ਗਾਇਸ ਪੈਟਰੋਲ ਆ ਜਿਹੜਾ ਆਪਾਂ ਪਵਾ ਲਿਆ ਆ, ਤੇ ਫਿਰ ਚੱਲਦੇ ਆਪਾਂ ਜਲਾਜਣ। ਤਾਂ ਗਾਇਸ ਦਰਖਤ ਦੇਖੋ ਕਿੰਨੇ ਸੋਹਣੇ ਬਣੇ ਹੋਏ ਨੇ। ਤਾਂ ਗਾਇਸ ਆਹ ਦੇਖੋ। ਤਾਂ ਗਾਇਸ ਦੇਖੋ ਟਰੱਕ ਕਿਵੇਂ ਅੱਗੇ ਖੜਾ ਆ, ਇੱਕ ਹੋਰ ਟਰੱਕ ਆ ਗਿਆ ਗਾਇਸ ਅੱਗੇ ਮੂਹਰੇ ਹੁਣ। ਲੋਕੇਸ਼ਨ ਦੇਖੋ ਕਿੰਨੀ ਵਧੀਆ ਆ ਰਹੀ ਆ, ਉੱਤੇ ਹਰੇ ਹਰੇ ਪੇੜ, ਛਾਂ ਲੱਗ ਰਹੀ ਆ ਪੂਰੀ। ਤਾਂ ਗਾਇਸ ਆਪਾਂ ਪਹੁੰਚ ਚੁੱਕੇ ਹਾਂ ਜਲਾਜਣ ਹੁਣ। ਤਾਂ ਆਪਾਂ ਪਹੁੰਚ ਗਏ ਜੀ ਜਲਾਜਣ, ਅਤੇ ਚੱਲਦੇ ਅੰਦਰ, ਮਾੜਾ ਜਿਹਾ ਕੰਮ ਸੀਗਾ ਜ਼ਰੂਰੀ ਕੋਈ, ਅਤੇ ਜਾ ਕੇ ਆਉਂਦੇ ਆਪਾਂ। ਗੱਡੀ ਆਪਾਂ ਕਰਤੀ ਹੈ ਪਾਰਕ। ਚਲੋ ਫਿਰ ਜਾ ਕੇ ਆਉਂਦੇ ਆਪਾਂ। ਤਾਂ ਹੁਣ ਆਪਾਂ ਚੱਲਦੇ ਹਾਂ ਜੀ ਅੱਗੇ। ਛੱਲੇ ਪਵਾ ਲਏ ਨੇ ਜੀ ਇੱਧਰ। ਇੱਧਰ ਪਾਉਂਦੇ ਨੇ ਜੀ ਛੱਲੇ, ਜੇ ਕਿਸੇ ਨੂੰ ਕੋਈ ਸਰਵਾਈਕਲ ਵਗੈਰਾ ਜਾਂ ਲੱਤਾਂ ਬਾਹਾਂ ਦੁਖਦੀਆਂ ਨੇ ਤਾਂ ਛੱਲੇ ਪਾਉਂਦੇ ਨੇ ਪਿੰਡ ਜਲਾਜਣ। ਜਿਹਨੂੰ ਕੋਈ ਲੋੜ ਹੈ, ਬਿਮਾਰੀ ਆ ਕੋਈ, ਤਾਂ ਪਵਾ ਸਕਦਾ। ਚਲੋ ਜੀ ਫਿਰ ਚੱਲਦੇ ਹਾਂ ਅੱਗੇ ਆਪਾਂ। ਵੈਸ ਮੈਂ ਬਿਮਾਰ ਹੋ ਗਿਆ ਸੀ, ਇਸ ਕਰਕੇ ਮੈਂ ਦੇਖੋ ਮੇਰੀ ਵਰਦੀ ਵੀ ਉਮੀ ਆ, ਮੈਂ ਸਕੂਲੋਂ ਫਿਰ ਆ ਗਿਆ ਪਰ। ਅਤੇ ਆਪਾਂ ਜਲਾਜਣ ਤੋਂ ਹੁਣ ਬਾਹਰ ਆ ਚੁੱਕੇ ਹਾਂ, ਫਿਰ ਆਪਾਂ ਚੱਲਦੇ ਹਾਂ ਫਿਰ ਜਲਦੀ। ਖਾਲੀ ਰੋਟੀ ਹੈਂ, ਭੁੱਖ ਲੱਗੀ ਸੀਗੀ, ਛੱਕ ਲਈ ਆ ਫਿਰ ਸਕੂਲ ਤੋਂ। ਕਾਹਤੇ ਆ ਗਏ ਤੂੰ ਅੱਜ? ਤਾਂ ਗਾਇਸ ਧੁੱਪ ਵੀ ਬਹੁਤ ਚੜ ਚੁੱਕੀ ਆ। ਤਾਂ ਗਾਇਸ ਦੇਖੋ ਅੱਗੇ ਰਸ਼ ਕਿੰਨਾ ਹੋ ਰਿਹਾ ਆ। ਇੱਧਰ ਦੇਖੋ ਪੇਂਟਿੰਗ ਇੰਨੀ ਘੈਂਟ ਕੀਤੀ ਆ ਟਰੱਕ 'ਤੇ, ਸ਼੍ਰੀ ਬਾਲ ਕ੍ਰਿਸ਼ਨਾ। ਤਾਂ ਆਪਾਂ ਬਸ ਪਹੁੰਚਣੀ ਆਉਣਾ ਗਾਇਸ ਖੰਨੇ।
ਤਾਂ ਇੱਧਰ ਹੈਗਾ ਆਰੀਆ ਸਕੂਲ ਤਾਂ ਅਸੀਂ ਦੇਖੋਗੇ ਕਿੰਨਾ ਰਸ਼ ਆ ਫਿਰ ਇੱਧਰ ਨੂੰ ਆਪਾਂ ਕੱਟ ਮੋੜ ਕੇ ਖੰਨੇ ਪਹੁੰਚ ਜਾਵਾਂਗੇ ਤਾਂ ਗਾਇਸ ਆਪਾਂ ਖੰਨੇ ਐਂਟਰ ਕਰ ਚੁੱਕੇ ਹਾਂ ਤਾਂ ਖੰਨੇ ਵਿੱਚ ਕਾਰਨੀਵਾਲ ਵੀ ਲੱਗਣ ਵਾਲਾ ਤੁਹਾਨੂੰ ਵੀ ਦਿਖਾਵਾਂਗੇ ਅੱਗੇ ਕਾਰਨੀਵਾਲ ਦਾ ਵਲੋਗ ਆ ਪੀ ਆਰ ਟੀ ਸੀ ਕਿੱਧਰ ਵਾੜੀ ਆ ਤਾਂ ਇੱਧਰ ਹੈਗਾ ਰੋਪ ਡਿਪਾਰਟਮੈਂਟ ਸਟੋਰ ਹੁਣ ਮਾੜਾ ਜਿਹਾ ਮੌਸਮ ਤਾਂ ਚੇਂਜ ਹੋਇਆ ਪੈਸੇ ਠੰਡੀ ਠੰਡੀ ਹਵਾ ਲੈ ਕੇ ਤੁਰਦੇ ਹਾਂ ਫਿਰ ਆਪਣੇ ਈਸ਼ਵਰ ਚੰਦਰ ਚੈਂਬਰ ਖੋਲੇ ਹੋਏ ਅੜੀ ਧਿਆਨ ਨਾਲ ਤੇ ਇੱਧਰ ਹੈਗਾ ਪਾਲ ਹੋਸਪਿਟਲ ਆਪਾਂ ਕ੍ਰਿਸ਼ਨ ਨਗਰ ਐਂਟਰ ਕਰ ਚੁੱਕੇ ਹਾਂ ਅੱਗੇ ਆ ਰਿਹਾ ਸਾਧ ਬਾਬਾ ਕ੍ਰਿਸ਼ਨ ਨਗਰ ਚ ਘਰ ਬਹੁਤ ਬਣਦੇ ਗਾਈਸ ਪਤਾ ਨਹੀਂ ਦੱਸ ਭਾਈ ਕੀ ਕਰ ਰਹੇ ਪ੍ਰੈਸ ਕਰ ਰਹੇ ਆ ਉਹ ਦੇਖ ਲਓ ਸਕੂਟਰੀ ਕਿੱਥੇ ਘਰਾਈ ਕੁੜੀਆਂ ਨੇ ਪਾਪਾ ਕੇ ਪਰੀ ਤਾਂ ਗਾਈਸ ਆਪਾਂ ਐਂਟਰ ਕਰ ਚੁੱਕੇ ਹਾਂ ਕਰਤਾਰ ਨਗਰ ਤੇ ਆਪਾਂ ਬਸ ਇੱਕ ਮੋੜ ਰਹਿ ਗਿਆ ਫਿਰ ਆਪਾਂ ਪਹੁੰਚ ਰਹੇ ਘਰ ਬਸ ਆਹੀ ਲਾਸਟ ਮੋੜ ਆ ਫਿਰ ਆਪਾਂ ਪਹੁੰਚਦੇ ਆ ਘਰ ਆਹੀ ਗਲੀ ਚ ਘਰ ਆ ਸਾਡਾ ਤਾਂ ਗਾਇਸ ਪਹੁੰਚ ਚੁੱਕੇ ਆ ਆਪਾਂ ਹੁਣ ਘਰ ਆ ਦੇਖੋ ਇੱਧਰ ਆ ਗਿਆ ਸਾਡਾ ਘਰ ਤਾਂ ਆਪਾਂ ਪਹੁੰਚ ਗਏ ਜੀ ਘਰ ਤੇ ਘੁੰਮ ਕੇ ਮੁੜੇ ਆ ਸਾਰੇ ਆਪਾਂ ਹੁਣ ਕਰਦੇ ਆ ਗੱਡੀ ਅੰਦਰ ਰੈਡੀ ਲਵਾ ਰਿਹਾ ਗੱਡੀ ਪਾਰਕਿੰਗ ਤਾਂ ਫਾਈਨਲੀ ਪਹੁੰਚ ਗਏ ਜੀ ਆਪਾਂ ਘਰ ਅਤੇ ਆ ਗਏ ਘੁੰਮ ਗਏ ਆਪਾਂ ਪਿੰਡ ਜਲਾਜਣ ਤੋਂ ਸਾਰਿਆਂ ਨੇ ਦੱਸਣਾ ਜੀ ਅੱਗੇ ਕਿ ਨੈਕਸਟ ਵੀ ਅਸੀਂ ਕਿਸ ਤਰ੍ਹਾਂ ਦੇ ਵਲੋਗ ਬਣਾਈਏ ਅਤੇ ਤੁਹਾਨੂੰ ਕਿਸ ਤਰ੍ਹਾਂ ਦੇ ਲਾਈਕ ਨੇ ਫਿਰ ਉਸ ਤਰ੍ਹਾਂ ਦੇ ਵਲੋਗ ਆਪਾਂ ਬਣਾਵਾਂਗੇ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਨਵੇਂ ਨਵੇਂ ਵਲੋਗ ਦੇਖਣ ਵਾਸਤੇ ਓਕੇ ਜੀ ਮਿਲਦੇ ਆ ਫਿਰ ਨੈਕਸਟ ਵਲੋਗ ਦੇ ਵਿੱਚ ਬਾਏ ਲਵ ਯੂ